ਪੰਜਾਬੀ ਰੀਡਰ 78 2020 ਐਡੀਸ਼ਨ ਲੈਸਨ 10 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਕੰਟੀਨਿਊ ਕਰਾਂਗੇ ਜਿਹੜੀ ਅਸੀਂ ਸਾਖੀ ਪੜ੍ਹਨੀ ਸ਼ੁਰੂ ਕੀਤੀ ਸੀ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨਾਲ ਕਿਵੇਂ ਮਿਲੇ ਸੀ ਰਾਈਟ ਰਿਮੈਂਬਰ ਤਲਵੰਡੀ ਵਿੱਚ ਮਿਲੇ ਸੀ ਤੇ ਅੱਜ ਅਸੀਂ ਪੜ੍ਹਾਂਗੇ ਕਿ ਉਹਨਾਂ ਦਾ ਜੀਵਨ ਆਪਸ ਵਿੱਚ ਕਿਵੇਂ ਇਕੱਠਾ ਬੀਤਦਾ ਸੀ ਪਰਛਾਵਾ ਸ਼ੈਡੋ ਆਪਣੇ ਵਰਗਾ ਲਾਈਕ ਯਰਸੈਲਫ ਤਾਰਛੇਡ ਪਲੇਦਰਬਾਬ Sari Umar, whole life, Thakde, felt tired. pushta generations, Shamal included Kirtan Bhakti, Kirtan meditation, Udasya, Gurnanak's long travels, Amrit Vela, celestial time, hours from three to 6 am. Halevi still can’t see had memorized. ਬਾਦ ਵਿੱਚ ਤੁਸੀਂ ਐਸ਼ਿਆ ਬਦਸਾਰੇ ਇਹਦੇ ਵਿੱਚ ਸਰਕਲ ਕਰਨਾ ਭਾਈ ਮਰਦਾਨਾ ਜੀ ਨਾਨਕ ਜੀ ਦੇ ਨਾਲ ਪਰਛਾਵੇਂ ਵਾਂਗ ਹੀ ਰਹਿੰਦੇ ਕਦੀ ਦੂਰ ਨਾ ਜਾਂਦੇ ਯੂ نو ਹਾਊ ਯਰ ਸ਼ੈਡੋ ਆਲਵੇਸ ਰਿਮੇਨਸ ਵਿਦ ਯੂ ਇਨ ਦਾ ਡੇ ਟਾਈਮ ਰਾਈਟ ਕਦੀ ਦੂਰ ਨਾ ਜਾਂਦੇ ਜਦ ਵੀ ਗੁਰੂ ਨਾਨਕ ਦੇਵ ਜੀ ਰੋਹਾਨੀ ਬਾਣੀ ਗਾਉਣ ਲੱਗਦੇ ਤਾਂ ਕਹਿੰਦੇ ਮਰਦਾਨਿਆਂ ਤਾਰਛੇ ਬਾਣੀ ਆਈਆ ਸੰਗਤਾਂ ਨਾਨਕ ਜੀ ਦੇ ਘਰ ਆਉਂਦੀਆਂ ਸਵੇਰੇ ਸ਼ਾਮ ਕੀਰਤਨ ਹੁੰਦਾ ਇੱਕ ਦਿਨ ਅਮਰਤ ਵੇਲੇ ਨਾਨਕ ਜੀ ਵੇਈ ਨਦੀ ਵਿੱਚ ਨਹਾਉਣ ਲਈ ਗਏ ਪਰ ਬਾਹਰ ਨਾ ਆਏ ਮਰਦਾਨਾ ਜੀ ਉੱਥੇ ਹੀ ਬੈਠ ਕੇ ਰਬਾਬ ਵਜਾਉਂਦੇ ਰਹੇ ਅਤੇ ਨਾਨਕ ਜੀ ਨੂੰ ਉਡੀਕਦੇ ਰਹੇ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਚਾਰਾਂ ਉਦਾਸੀਆਂ ਵਿੱਚ ਭਾਈ ਮਰਦਾਨਾ ਉਹਨਾਂ ਦੇ ਨਾਲ ਸਨ ਭਾਈ ਮਰਦਾਨਾ 54 ਸਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਦਿਨੇ ਰਾਤੀ ਗਰਮੀਆਂ ਸਰਦੀਆਂ ਪਹਾੜੀਆਂ ਵਿੱਚ ਰੇਗਿਸਤਾਨ ਵਿੱਚ ਰੇਗਿਸਤਾਨ ਇਸ ਡੇਜ਼ਰਟ ਮੀ ਵਿੱਚ ਹਨੇਰੀ ਵਿੱਚ ਜਿੱਥੇ ਵੀ ਗੁਰੂ ਜੀ ਗਏ ਭਾਈ ਮਰਦਾਨਾ ਨਾਲ ਗਏ ਉਹਨਾਂ ਨੇ ਸਾਰੀ ਉਮਰ ਗੁਰੂ ਨਾਨਕ ਦੇਵ ਜੀ ਦੇ ਨਾਲ ਕੀਰਤਨ ਭਗਤੀ ਕੀਤੀ ਕੀਰਤਨ ਭਗਤੀ ਰਿਮੈਂਬਰ ਗੁਰੂ ਨਾਨਕ ਦੇਵ ਜੀ ਕਦੀ ਨਾ ਥੱਕਦੇ ਕਦੀ ਉਹਨਾਂ ਨੂੰ ਭੁੱਖ ਨਾ ਲੱਗਦੀ ਕਦੀ ਪਿਆਸ ਨਾ ਲੱਗਦੀ ਪਰ ਭਾਈ ਮਰਦਾਨਾ ਨੂੰ ਇਹ ਭਾਵਨਾਵਾਂ ਇਹ ਫੀਲਿੰਗਸ ਤੰਗ ਕਰਦੀਆਂ ਉਹ ਗੁਰੂ ਜੀ ਕੋਲੋਂ ਕੁਝ ਖਾਣ ਲਈ ਕੁਝ ਪੀਣ ਲਈ ਅਤੇ ਆਰਾਮ ਕਰਨ ਦੀ ਥਾਂ ਮੰਗਤੇ ਉਹ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਬਾਬਾ ਜਾਂ ਤਾਂ ਮੈਨੂੰ ਵੀ ਆਪਣੇ ਆਪ ਵਰਗਾ ਬਣਾ ਲੈ ਤੇ ਜਾਂ ਮੈਨੂੰ ਕੁਝ ਖਾਣ ਪੀਣ ਨੂੰ ਦੇ ਗੁਰੂ ਨਾਨਕ ਦੇਵ ਜੀ ਹਮੇਸ਼ਾ ਭਾਈ ਮਰਦਾਨੇ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਭਾਈ ਮਰਦਾਨਾ ਦੀਆਂ ਪੁਸ਼ਤਾ ਗੁਰੂ ਕਰਨਾਲ ਹਾਲੇ ਵੀ ਜੁੜੀਆਂ ਹੋਈਆਂ ਹਨ ਉਹਨਾਂ ਦੇ ਪੁੱਤਰ ਬਾਬਾ ਸ਼ਹਿਜ਼ਾਦੇ ਨੇ ਗੁਰੂ ਅੰਗਦ ਦੇ ਜੀ ਦੇ ਦਰਬਾਰ ਵਿੱਚ ਕੀਰਤਨ ਕੀਤਾ ਉਸ ਦੇ ਪੁੱਤਰ ਬੰਨੂ ਅਤੇ ਸਾਲੂ ਨੇ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਕੀਰਤਨ ਕੀਤਾ ਸੱਤਾ ਅਤੇ ਬਲਵੰਡ ਬੰਨੂ ਅਤੇ ਸਾਲੂ ਦੇ ਪੁੱਤਰ ਸਨ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕੀਤਾ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਇੰਨਾ ਪਿਆਰ ਕਰਦੇ ਸਨ ਕਿ ਉਹਨਾਂ ਨੇ ਭਾਈ ਮਰਦਾਨੇ ਬਾਰੇ ਇੱਕ ਸ਼ਬਦ ਵੀ ਲਿਖਿਆ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ। ਭਾਵੇਂ ਭਾਈ ਮਰਦਾਨਾ ਮੁਸਲਮਾਨ ਸਨ ਪਰ ਉਹ ਗੁਰੂ ਨਾਨਕ ਦੇ ਸਿੱਖ ਵੀ ਸਨ। ਭਾਈ ਮਰਦਾਨਾ ਸਿੱਖ ਪੰਥ ਦੇ ਸਭ ਤੋਂ ਪਹਿਲੇ ਕੀਰਤਨੀਏ ਸਨ। ਉਹਨਾਂ ਨੂੰ ਬਹੁਤ ਬਾਣੀ ਕੰਠ ਸੀ। ਉਹ ਗੁਰੂ ਨਾਨਕ ਦੇ ਮਿੱਤਰ ਵੀ ਸਨ, ਉਹ ਚੇਲਾ ਵੀ ਸਨ। ਉਹ ਗੁਰੂ ਜੀ ਨਾਲ ਲੜਵੀ ਪੈਂਦੇ ਸਨ ਪਰ ਉਹ ਗੁਰੂ ਜੀ ਕੋਲੋਂ ਦੂਰ ਵੀ ਨਹੀਂ ਸੰਜਾਂਦੇ ਕਹਿੰਦੇ ਹਨ ਕਿ ਗੁਰੂ ਨਾਨਕ ਨੇ ਭਾਈ ਮਰਦਾਨੇ ਨੂੰ ਭਾਈ ਰਬਾਬੀ ਅਤੇ ਕੀਰਤਨੀਆਂ ਦੇ ਨਾਵਾਂ ਨਾਲ ਬੁਲਾਇਆ ਅਤੇ ਅੱਜ ਤੱਕ ਵੀ ਇਹ ਨਾਂ ਰਾਗੀਆਂ ਅਤੇ ਗੁਰਮੁਖਾਂ ਨੂੰ ਸਤਕਾਰ ਦੇਣ ਲਈ ਵਰਤੇ ਜਾਂਦੇ ਹਨ ਸੋ ਇਹ ਭਾਈ ਮਰਦਾਨੇ ਦੇ and the generations name on the uh, grand grand grandkids ne. so um, this is by naeem Lalji. this one naeem Lalji, 18th generation so another 18 um, great grandfathers there are total 415 words and um, you should be able to read this essay in five or six minutes. And he is his son, so the, he is the nineteenth generation. So da or if you have time in class, you can do in class. And then shabdano, matlab naal jodoge, which should not be too hard. Mangalvarkardakam. ਇਹਨਾਂ ਪ੍ਰਸ਼ਨਾਂ ਦੇ ਉੱਤਰ ਲਿਖੋਗੇ ਤੁਸੀਂ ਠੀਕ ਹੈ ਉੱਥੋਂ ਪਿੱਛੋਂ ਜਾ ਕੇ ਪੂਰੇ ਸੈਂਟੈਂਸਿਸ ਵਿੱਚ ਪੂਰੇ ਵਾਕਾਂ ਵਿੱਚ ਬੁੱਧਵਾਰ ਕਰਦਾ ਕੰਮ ਇਸ ਸਾਖੀ ਵਿੱਚ ਕੋਈ 10 ਕਿਰਿਆ ਸ਼ਬਦਾਂ ਦੇ ਦਿਵਾਲੇ ਗੋਲ ਚੱਕਰ ਲਗਾਓ ਐਨੀ 10 ਵਰਬਸ ਐਂਡ ਅ ਥਰਸਡੇ ਗਿਣਤੀ ਸ਼ੁਰੂ ਕਰੋ ਟਾਈਮਰ ਸ਼ੁਰੂ ਕਰੋ ਇਸ ਸਾਖੀ ਪੜੋ ਕਿੰਨੇ ਮਿੰਟ ਲੱਗੇ ਐ ਗਿਣਤੀ ਦੇ ਸ਼ਬਦ ਯਾਦ ਕਰੋ ਤੇ ਲਿਖੋ 100 200 300 400 500 600 700 800 900 1000 ਠੀਕ ਹੈ And that is the lesson for today. And we will meet in the next lesson. Until then, Guruji um, Ka Khalsa, Guruji Ki Fateh.